ਖਬਰ ਹੈ ਕਿ ਭਾਈ ਰਣਜੀਤ ਸਿੰਘ ਟੱਟਰੀਆਂ ਵਾਲਿਆਂ ਦਾ ਮੋਗੇ ਹੋਣ ਵਾਲੇ ਦੀਵਾਨ ਦਾ ਕੁਝ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਮੋਗੇ ਦੇ ਵਿੱਚ ਇਹ ਦੀਵਾਨ 25, 26 ਅਤੇ 27 ਤਰੀਕ ਨੂੰ ਹੋਣੇ ਹਨ। ਇਸ ਤੋਂ ਪਹਿਲਾਂ ਹੀ ਉੱਥੇ ਕੁਝ ਜਥੇਬੰਦੀਆਂ ਨੇ ਪਹੁੰਚ ਕੇ ਸੰਗਤਾਂ ਨੂੰ ਆਪਣੇ ਨਾਲ ਕਰਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਸਭ ਕੁਝ ਰੋਕਣ ਦੇ ਲਈ ਅਸੀਂ ਕੋਈ ਲੜਨ ਦੇ ਲਈ ਨਹੀਂ, ਕਿਉਂਕਿ ਜਿਹੜੇ ਸਾਧੂ ਮਹਾਤਮਾ ਇੱਥੇ ਇਕੱਠੇ ਹੋਏ ਨੇ, ਬੜੇ ਸਤਿਕਾਰਯੋਗ ਨੇ, ਸੰਗਤਾਂ 70 ਹੁੰਦੀਆਂ, ਸੰਗਤਾਂ ਜੁੜਦੀਆਂ। ਹੁਣ ਅਸੀਂ ਪ੍ਰਸ਼ਾਸਨ ਨੂੰ ਮਿਲੇ ਹਾਂ, ਪ੍ਰਸ਼ਾਸਨ ਨੇ ਪੂਰਾ ਪੂਰਾ ਭਰੋਸਾ ਦਵਾਇਆ ਇਸ ਗੱਲ ਦਾ ਕਿ ਅਸੀਂ ਜੋ ਇਹ ਗੱਲ ਹੋ ਰਹੀ ਹੈ ਇਹਦਾ ਫੈਸਲਾ ਕਰਾਂਗੇ, ਉੱਪਰ ਤਾਂ ਹੀ ਵੀ ਸਰਕਾਰ ਨਾਲ ਗੱਲਬਾਤ ਕਰਾਂਗੇ। ਜਥੇਬੰਦੀਆਂ ਦਾ ਕਹਿਣਾ ਹੈ ਕਿ ਸਾਡਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾਲ ਕੋਈ ਸਰੀਰਕ ਵਿਰੋਧ ਨਹੀਂ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਹਨ, ਜਿਸ ਦੇ ਨਾਲ ਸੰਗਤ ਦੇ ਵਿੱਚ ਸ਼ੰਕਾ ਪੈਦਾ ਹੁੰਦੀ ਹੈ। ਕਿਉਂਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਨਾਲ ਸਾਡਾ ਕੋਈ ਸਰੀਰਕ ਕਰਕੇ ਜਾਂ ਜਾਤੀ ਕਰਕੇ ਕੋਈ ਲੜ ਹੋ ਗਈ, ਮੈਂ ਇੱਕ ਬੇਨਤੀ ਕਰਦਾ, ਕਿਉਂਕਿ ਸਭ ਤੋਂ ਪਹਿਲਾਂ ਭੋਰਾ ਸਾਹਿਬ ਦੇ ਵਿਰੁੱਧ ਬੋਲਿਆ, ਮੌਲੀ ਸਾਹਿਬ ਦੇ ਵਿਰੁੱਧ ਬੋਲਿਆ, ਸਰੋਵਰਾਂ ਦੇ ਵਿਰੁੱਧ ਬੋਲਿਆ, ਗੁਰਬਾਣੀ ਨੂੰ ਉਹਨੇ ਕਿਹਾ ਵੀ ਆਵਾਗਮਨ ਦਾ ਕੋਈ ਚੱਕਰ ਨਹੀਂ, ਤਰਕ ਸਮਰਕ ਨਹੀਂ ਹੁੰਦਾ, ਆਤਮਾਵਾਂ ਨਹੀਂ ਹੁੰਦੀਆਂ, ਔਰ ਇਸ ਤੋਂ ਇਲਾਵਾ ਸਿਮਰਨ ਕਰਨ ਇੱਕ ਤੋਤਾ ਰਟਣ, ਬਾਣੀ ਪੜ੍ਹ ਕੇ ਆਪਾਂ ਕੀ ਲਵਾਂਗੇ। ਕੱਲ ਦੀ ਵੀਡੀਓ ਮੈਂ ਸੁਣੀ ਜਿਹਦੇ ਵਿੱਚ ਉਹਨੇ ਗੱਲ ਕਹੀ ਕਿ 12:30 ਵਜੇ ਜੇ ਉੱਠ ਕੇ ਇਸ਼ਨਾਨ ਕਰਦੇ ਆ, ਮੈਂ 6 ਸਾਲ 12:30 ਵਜੇ ਉੱਠ ਕੇ ਇਸ਼ਨਾਨ ਕੀਤਾ, ਮੈਨੂੰ ਕੀ ਮਿਲਿਆ, ਭਾਵ ਕੁਛ ਨੀ ਮਿਲਦਾ। ਇੱਕ ਵੀਡੀਓ ਆਈ ਕਹਿੰਦਾ ਭੋਗ ਲਵਾਈ ਜਾਂਦੇ ਆ, ਗੁਰੂ ਗ੍ਰੰਥ ਸਾਹਿਬ ਕਿਹੜਾ ਖਾਂਦੇ ਆ, ਕਹਿਣ ਤੋਂ ਭਾਵ ਇਹ ਆ ਉਹਦਾ ਜਵਾਬ ਆਪਾਂ ਬਲਤਾ ਸਿੰਘ ਨੂੰ ਦਿੱਤਾ, ਹੋਰ ਵੀ ਬਹੁਤ ਜ਼ਿਆਦਾ ਇਤਿਹਾਸ ਦੇ ਵਿਰੁੱਧ, ਔਰ ਸੰਤ ਸ਼ਬਦ ਉਹ ਕਹਿੰਦਾ ਵੀ ਸੰਤ ਨਹੀਂ ਹੁੰਦਾ। ਕੱਲ ਹੀ ਰਾਤੀ ਮੈਨੂੰ ਫੋਨ ਆਇਆ ਪਿੰਡਰਾ ਤੋਂ, ਨੌਜਵਾਨਾਂ ਨੇ ਸਵਾਲ ਕੀਤੇ, ਉਹ ਨੌਜਵਾਨ ਕਹਿਣ ਲੱਗੇ ਕਹਿੰਦੇ ਭਾਈ ਸਾਹਿਬ ਜੀ ਸਾਨੂੰ ਇਹ ਗੱਲ ਦੱਸੋ ਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਜਨੇਊ ਨਹੀਂ ਪਾਇਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕੀ ਲੋੜ ਪੈ ਗਈ। ਮੈਂ ਕਿਹਾ ਵੀ ਤੁਸੀਂ ਸ਼ੰਕਾ ਕਿਉਂ ਕਰਦੇ ਹੋ, ਕਹਿੰਦੇ ਵੀ ਗੁਰੂ ਜੇ ਆਪਾਂ ਕਰਮ ਮੰਨਦੇ ਹਾਂ ਤੇ ਫਿਰ ਗੁਰੂ ਸਾਹਿਬ ਦੇ ਸਾਹਮਣੇ ਅਰਦਾਸਾਂ ਕਿਉਂ ਕਰਦੇ ਹਾਂ। ਇਹੋ ਜਿਹੇ ਸਵਾਲ ਸ਼ੰਕੇ ਨੌਜਵਾਨਾਂ ਦੇ ਅੰਦਰ ਇਹਨਾਂ ਪ੍ਰਚਾਰਕਾਂ ਨੇ ਪੈਦਾ ਕਰ ਦਿੱਤੇ ਆ। ਸਿੱਖ ਜਥੇਬੰਦੀਆਂ ਨੇ ਅੱਗੇ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਕਈ ਵਾਰ ਕਿਹਾ ਗਿਆ ਹੈ ਕਿ ਸਾਡੇ ਨਾਲ ਵਿਚਾਰ ਕਰਨ ਤਾਂ ਜੋ ਸਿੱਖ ਪੰਥ ਦੇ ਵਿੱਚ ਜੋ ਸ਼ੰਕਾ ਪੈਦਾ ਹੋ ਰਹੀ ਹੈ ਉਸ ਨੂੰ ਦੂਰ ਕੀਤਾ ਜਾ ਸਕੇ। ਖੁਦ ਇਹਨਾਂ ਦੇ ਦੀਵਾਨ ਲਵਾਉਂਦੇ ਸੀ, ਪਰ ਜੋ ਅੱਜ ਇਹ ਬੋਲ ਰਹੇ ਆ, ਇਹਨਾਂ ਨੂੰ ਬਹੁਤ ਵਾਰੀ ਅਸੀਂ ਕਹਿ ਚੁੱਕੇ ਹਾਂ ਵੀ ਸਟੇਜ ਤੇ ਲਾਈਵ ਸਾਡੇ ਨਾਲ ਵਿਚਾਰ ਕਰੋ, ਇਹ ਲਾਈਵ ਵਿਚਾਰ ਨਹੀਂ ਕਰਦੇ। ਨੌਜਵਾਨ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਨੌਜਵਾਨਾਂ ਬੜੇ ਢੰਗ ਤਰੀਕੇ ਨਾਲ ਤੁਹਾਨੂੰ ਗੁੰਮਰਾਹ ਕਰ ਰਿਹਾ, ਇਹ ਤੋਂ ਸੁਚੇਤ ਹੋਵੋ। ਇੱਥੇ ਮੇਰੇ ਵੀਰ ਜੀ ਬੈਠੇ ਖੜੇ ਨੇ, ਇਹਨਾਂ ਨੂੰ ਖੇਤੀਬਾੜੀ ਬਾਰੇ ਪਤਾ ਹੋਵੇਗਾ। ਮੈਂ ਖੇਤੀਬਾੜੀ ਬਹੁਤੀ ਨੌਲੇਜ ਨਹੀਂ ਰੱਖਦਾ, ਮੈਂ ਕਹਾਂਗਾ ਵੀ ਇੱਕ ਖੇਤ ਦੇ ਵਿੱਚ 80 ਕਿਲੋ ਜਾਂ ਕੁਇੰਟਲ ਬੀਜ ਪੈਂਦਾ, ਮੈਨੂੰ ਨੀ ਪਤਾ। ਇਸੇ ਤਰ੍ਹਾਂ ਨੌਜਵਾਨਾਂ ਨੂੰ ਨੀ ਪਤਾ ਵੀ ਉਹ ਕੀ ਬੋਲ ਰਿਹਾ। ਦੇਖੋ ਉਹਨੇ ਕੱਲ ਇਹ ਗੱਲ ਕਹੀ, ਕਹਿੰਦਾ 12:30 ਵਜੇ ਉੱਠਣ ਦਾ ਕੀ ਫਾਇਦਾ, ਹੁਣ ਸੰਤ ਮਹਾਤਮਾ 12:30 ਵਜੇ ਉੱਠ ਕੇ ਸਿਮਰਨ ਕਰਦੇ, ਕੀ ਇਹ ਕਿੰਤੂ ਨੀ ਗਾ, ਤੁਸੀਂ ਦੱਸੋ ਵੀ ਕਿੰਤੂ ਨੀ। ਇਹੋ ਜਿਹੀਆਂ ਗੱਲਾਂ ਕਰਕੇ ਤੁਹਾਨੂੰ ਤੋੜ ਰਿਹਾ, ਜਿਹੜੇ ਸਾਡੇ ਨੌਜਵਾਨ ਕਹਿੰਦੇ 8 ਵਜੇ ਉੱਠੋ, 9 ਵਜੇ ਉੱਠੋ, ਨਿਤਨੇਮ ਕਰਨ ਦੀ ਕੋਈ ਲੋੜ ਨੀ। ਇਹ ਲੰਮੀਆਂ ਵਿਚਾਰਾਂ, ਇਹ ਬੜੇ ਢੰਗ ਤਰੀਕੇ ਨਾਲ ਸੰਗਤ ਨੂੰ ਗੁੰਮਰਾਹ ਕਰਕੇ ਸੰਗਤ ਨੂੰ ਗੁਰੂ ਤੋਂ ਦੂਰ ਕਰ ਰਿਹਾ। ਅਸੀਂ ਇੱਥੇ ਤੁਹਾਨੂੰ ਦੱਸ ਦਈਏ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਪਹਿਲਾਂ ਹੀ ਅੰਮ੍ਰਿਤਸਰ ਦੇ ਦੀਵਾਨ ਨੂੰ ਰੱਦ ਹੋਣ ਵੇਲੇ ਕਿਹਾ ਸੀ ਕਿ ਅਸੀਂ ਅੱਗੇ ਹੋਣ ਵਾਲੇ ਕਿਸੇ ਵੀ ਦੀਵਾਨ ਨੂੰ ਕਿਸੇ ਵੀ ਹਾਲਤ ਦੇ ਵਿੱਚ ਰੱਦ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਸੀ ਕਿ ਅੰਮ੍ਰਿਤਸਰ ਦੇ ਦੀਵਾਨ ਇਸ ਲਈ ਰੱਦ ਕੀਤੇ ਜਾ ਰਹੇ ਆ ਤਾਂ ਜੋ ਅੰਮ੍ਰਿਤਸਰ ਦੇ ਵਿੱਚ ਗੁਰੂ ਦੀ ਨਗਰੀ ਦੇ ਵਿੱਚ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਵੇ। ਹੁਣ ਅੱਗੇ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਹੋਰ ਸਿੱਖ ਜਥੇਬੰਦੀਆਂ ਕੀ ਕਰਦੀਆਂ ਹਨ। ਅਸੀਂ ਤੁਹਾਡੇ ਤੋਂ ਇੱਥੇ ਪੁੱਛਣਾ ਚਾਹੁੰਦੇ ਹਾਂ ਕਿ ਇੱਧਰ ਢੱਡਰੀਆਂ ਵਾਲਿਆਂ ਦੇ ਦੀਵਾਨਾਂ ਦਾ ਵਿਰੋਧ ਕਰਨਾ ਕਿੰਨਾ ਕੁ ਸਹੀ ਹੈ, ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਆਪਣੇ ਵਿਚਾਰ ਕਮੈਂਟ ਬਾਕਸ 'ਤੇ ਜ਼ਰੂਰ ਦੱਸੋ। ਅਗਰ ਇਹ ਵੀਡੀਓ ਤੁਸੀਂ ਯੂਟਿਊਬ ਚੈਨਲ 'ਤੇ ਦੇਖ ਰਹੇ ਹੋ ਤਾਂ ਸਾਡਾ ਯੂਟਿਊਬ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਅਗਰ ਇਹ ਵੀਡੀਓ ਤੁਸੀਂ ਟ੍ਰੈਂਡਿੰਗ ਪੰਜਾਬ ਫੇਸਬੁੱਕ ਪੇਜ 'ਤੇ ਦੇਖ ਰਹੇ ਹੋ ਤਾਂ ਸਾਡਾ ਫੇਸਬੁੱਕ ਪੇਜ ਲਾਈਕ ਕਰੋ।